ਪੁਲਿਸ ਸਰਵੇ ਥਾਣਾ ਕੋਟ ਖਾਲਸਾ ਦੇ ਅਧੀਨ ਆਉਂਦੇ ਖੇਤਰ ਆਦਰਸ਼ ਨਗਰ ਚਰਚ ਵਾਲੀ ਗਲੀ ਵਿੱਚ ਅੱਜ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਗੁਰਸਿੱਖ ਪਰਿਵਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਟਕਾ ਸਾਹਿਬ ਅਤੇ ਪੋਥੀ ਨੂੰ ਕੂੜੇ ਵਾਲੇ ਕਰਮਚਾਰੀਆਂ ਨੂੰ ਕੂੜੇ ਵਿੱਚ ਦੇ ਦਿੱਤਾ ਗਿਆ। ਉਹਨਾਂ ਨੇ ਸ਼ੱਕ ਦੇ ਆਧਾਰ ਤੇ ਉਸ ਲਿਫਾਫੇ ਨੂੰ ਜਦ ਖੋਲ ਕੇ ਦੇਖਿਆ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ। ਉਸ ਲਿਫਾਫੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁਝ ਗੁਟਕਾ ਸਾਹਿਬ ਅਤੇ ਇੱਕ ਪੋਥੀ ਵੀ ਮਿਲੀ, ਜਿਸ ਨੂੰ ਗੁਰਸਿੱਖ ਗੱਡੀ ਦੇ ਡਰਾਈਵਰ ਗੁਰਦੀਪ ਸਿੰਘ ਵੱਲੋਂ ਪੂਰੇ ਸਤਿਕਾਰ ਨਾਲ ਆਪਣੀ ਗੱਡੀ ਵਿੱਚ ਰੱਖ ਕੇ ਵਾਪਸ ਗੁਰੂ ਨਾਨਕਪੁਰਾ ਕੋਟ ਖਾਲਸਾ ਵਿਖੇ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਲੈ ਆਇਆ। ਡੀਸੀਪੀ ਸ਼ਿਵ ਦੁਲਾਰ ਸਿੰਘ ਢਿੱਲੋਂ ਮੌਕੇ ਤੇ ਪਹੁੰਚ ਕੇ ਆਰੋਪੀਆਂ ਨੂੰ ਗ੍ਰਿਫਤਾਰ ਕਰ ਧਾਰਾ 295 ਏ ਤਹਿਤ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਸਾਨੂੰ ਇਸ ਤਰ੍ਹਾਂ ਪਤਾ ਲੱਗਾ ਵੀ ਘੋੜੇ ਵਾਲੀ ਗੱਡੀ ਆਈ ਸੀ, ਉਹ ਗੁਰਦੁਆਰਾ ਸਾਹਿਬ ਦੇ ਨਾਲ ਦੀ ਅਗਲੀ ਗਲੀ ਦੇ ਵਿੱਚ ਖਲੋਤੀ। ਉਹ ਗੱਡੀ ਦਾ ਡਰਾਈਵਰ ਜੋ ਸੀ ਇੱਕ ਸਿੱਖ, ਉਹ ਜਦੋਂ ਹੋਰ ਵੀ ਕੋਈ ਲੋਕ ਕੂੜਾ ਪਾਉਣ ਲਈ ਆਏ ਤੇ ਉਹ ਕਹਿੰਦਾ ਵੀ ਅੱਜ ਕੂੜਾ ਨਾ ਪਾਓ, ਮੇਰਾ ਮਨ ਬੜਾ ਉਦਾਸ ਹੈ। ਆਪਾਂ ਉਹਨਾਂ ਨੂੰ ਪੁੱਛਿਆ ਗਿਆ ਵੀ ਕੀ ਕਾਰਨ, ਕਹਿੰਦੇ ਵੀ ਕਿਸੇ ਨੇ ਨਾ ਗੁਟਕਾ ਸਾਹਿਬ ਆ, ਚਾਰ ਪੰਜ ਸਰੂਪ ਨੇ ਗੁਟਕਾ ਸਾਹਿਬ ਦੇ, ਉਹ ਜੋ ਕਿ ਕੂੜੇ ਦੇ ਵਿੱਚ ਸੁੱਟ ਦਿੱਤੇ ਸੀ। ਤੇ ਉਹ ਜਦੋਂ ਮੈਨੂੰ ਪਤਾ ਲੱਗਾ, ਕਿਸੇ ਨੇ ਮੈਨੂੰ ਫੋਨ ਕੀਤਾ ਵੀ ਪ੍ਰਧਾਨ ਜੀ ਇਹ ਗੱਲਬਾਤ ਹੈ, ਫਿਰ ਮੈਂ ਉਹਨਾਂ ਦੇ ਨਾਲ ਗਿਆ ਉਸ ਘਰ ਦੇ ਵਿੱਚ ਜਾ ਕੇ ਪਤਾ ਕੀਤਾ। ਉਹ ਸਾਰੇ ਚਾਰ ਪੰਜ ਜੀ ਹੈਗੇ ਜਿਹੜੇ ਜਿਹਨਾਂ ਨੇ ਇਹ ਕਾਰਨਾਮਾ ਕੀਤਾ, ਉਹਨਾਂ ਨੇ ਆਪਣੀ ਗਲਤੀ ਵੀ ਮੰਨੀ ਹੈ ਵੀ ਸਾਡੇ ਕੋਲ ਇਹ ਕੰਮ ਹੋਇਆ ਹੈ। ਪਹਿਲਾਂ ਗੁਰਸਿੱਖ ਸੀ, ਹੁਣ ਪਤਾ ਨੀ ਹੁਣ, ਕਿਉਂਕਿ ਉਹ ਗਲੀ ਈਸਾਈਆਂ ਦੀ ਹੈਗੀ ਆ ਜੀ, ਈਸਾਈ ਵਾਲੀ ਗਲੀ ਵੱਜਦੀ ਆ। ਇਹ ਸਾਨੂੰ ਤੇ ਡਾਊਟ ਲੱਗਦਾ ਵੀ ਕਿਤੇ ਇਹ ਕੰਮ ਉਹਨਾਂ ਦਾ ਹੱਥ ਨਾ ਹੋਵੇ। ਅੱਜ ਸਵੇਰੇ ਨਾ ਜੀ ਮੋਰਨਿੰਗ ਟਾਈਮ ਤੇ ਜਦੋਂ ਅੰਮ੍ਰਿਤਸਰ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਜਿਹੜੇ ਸਫਾਈ ਕਰਮਚਾਰੀ ਨੇ, ਉਹ ਇਲਾਕਾ ਥਾਣਾ ਆਦਰਸ਼ ਨਗਰ ਕੋਟ ਖਾਲਸਾ ਦੇ ਵਿੱਚੋਂ ਜਿਹੜਾ ਸੀਗਾ ਕੂੜਾ ਵਗੈਰਾ ਇਕੱਠਾ ਕਰਦੇ ਪਏ ਸੀਗੇ, ਜਦੋਂ ਉਹ ਡੰਪ 'ਤੇ ਜਾ ਕੇ ਪਰਾਲੀਵਾਲ ਉਹਨਾਂ ਨੇ ਕੂੜਾ ਵਗੈਰਾ ਅਨਲੋਡ ਕੀਤਾ, ਉੱਥੇ ਜਾ ਕੇ ਗੱਡੀ ਦੁਆਰਾ ਦੁੱਟੀ ਹੈ ਨਾ ਜੀ, ਅਤੇ ਉੱਥੋਂ ਇਹਨਾਂ ਨੂੰ ਸਫਾਈ ਕਰਮਚਾਰੀਆਂ ਨੂੰ ਨਾ ਇੱਕ ਲਿਫਾਫਾ ਪਲਾਸਟਿਕ ਦਾ ਸੀ, ਉਹਦੇ ਵਿੱਚ ਗੁਟਕਾ ਸਾਹਿਬ ਜਿਹੜੇ ਸੀਗੇ 3-4 ਪੀਸ ਉਹ ਮਿਲੇ ਲਿਫਾਫੇ ਵਿੱਚ ਪਾਏ ਹੋਏ ਸੀਗੇ, ਜੋ ਕਿ ਗੁਟਕਾ ਸਾਹਿਬ ਬਿਲਕੁਲ ਸੇਫ ਨੇ, ਕੋਈ ਉਹਨਾਂ ਨੂੰ ਪ੍ਰੋਬਲਮ ਨਹੀਂ ਆਈ, ਕੋਈ ਬੇਅਦਬੀ ਨਹੀਂ ਹੋਈ। ਬਸ ਉਹ ਲਿਫਾਫੇ ਵਿੱਚ ਪਾ ਕੇ ਇਹਨਾਂ ਨੇ ਕੂੜੇ ਦੇ ਵਿੱਚ ਸੁੱਟ ਦਿੱਤੇ ਸੀ। ਉਹ ਫਿਰ ਜਦੋਂ ਅਸੀਂ ਦੋ ਰਾਹਗੀਰ ਜਾ ਰਹੇ ਸਨ, ਉਹਨਾਂ ਨੇ ਸ਼੍ਰੀ ਰਜਿੰਦਰ ਸਿੰਘ ਰੂਪੀ ਮੈਨੇਜਰ ਦਰਬਾਰ ਸਾਹਿਬ ਲੱਗੇ ਹੋਏ ਨੇ, ਉੱਥੇ ਗੁਰਦੁਆਰਾ ਮੰਜੀ ਸਾਹਿਬ ਬੈਠੇ ਹੋਏ ਸੀਗੇ ਦਰਬਾਰ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਪੈ ਰਹੇ ਸਨ, ਅਤੇ ਉਹਨਾਂ ਨੇ ਸਰਦਾਰ ਰਜਿੰਦਰ ਸਿੰਘ ਰੂਪੀ ਮੈਨੇਜਰ ਜਿਹੜੇ ਦਰਬਾਰ ਸਾਹਿਬ ਦੇ, ਉਹਨਾਂ ਦੇ ਨੋਟਸ ਲਿਆਂਦਾ, ਮੀਆਂ ਬੀਬੀ ਸੀਗੇ ਕੋਈ, ਉਹ ਲਾਗੋ ਲੰਘ ਰਹੇ ਸੀਗੇ, ਉਹਨਾਂ ਨੇ ਜਾ ਕੇ ਦੱਸਿਆ। ਫਿਰ ਉਹ ਜਿਹੜੇ ਗੁਰਕਾ ਸਾਹਿਬ ਸੀਗੇ ਉਹ ਉਹਨਾਂ ਨੇ ਸਾਡੇ ਕਬਜ਼ੇ 'ਚ ਅਸੀਂ ਲੈ ਲਏ। ਮੌਕੇ 'ਤੇ ਅਸੀਂ ਪਹੁੰਚ ਕੇ ਜਦੋਂ ਪੁੱਛ ਪੜਤਾਲ ਕੀਤੀ ਹੈ, ਸਾਰੀ ਪੁੱਛਗਿੱਛ ਕੀਤੀ, ਇਸ ਸੰਬੰਧ ਵਿੱਚ ਜਿਨ੍ਹਾਂ ਨੇ ਇਹ ਗਲਤੀ ਕੀਤੀ ਸੀ, ਜਿਨ੍ਹਾਂ ਨੇ ਗੁਰਕਾ ਸਾਹਿਬ ਲਿਫਾਫੇ 'ਚ ਪਾ ਕੇ ਬੇਅਦਬੀ ਕਰਕੇ ਇਹ ਕੂੜੇ ਦੇ ਵਿੱਚ ਸੁੱਟ ਦਿੱਤੇ ਸਨ, ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ। ਜਿਹੜੇ ਬੰਦੇ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਨੇ ਗੁਰਕਾ ਸਾਹਿਬ ਦੀ ਬੇਅਦਬੀ ਕੀਤੀ ਸੀਗੀ, ਉਹ ਹੈਗੇ ਨੇ ਮੱਗਲ ਸਿੰਘ ਸਨ ਆਫ ਚਰਨ ਸਿੰਘ, ਅਤੇ ਮੱਗਲ ਸਿੰਘ ਦੇ ਦੋ ਲੜਕੇ ਨੇ ਤੇਜਿੰਦਰ ਸਿੰਘ ਪਰਮਿੰਦਰ।